ਜ਼ਰੂਰੀ ਵੀਡੀਓ ਆ ਹਰ ਇੱਕ ਇਨਸਾਨ ਦੇ ਲਈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਗਾ, ਆਪਦੇ ਜਿਹੜੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਗਾ। ਤੁਸੀਂ ਆਮ ਹੀ ਯੂਟਿਊਬ 'ਤੇ ਦੇਖਿਆ ਹੋਊਗਾ ਜਾਂ ਲੋਕ ਵੀਡੀਓ ਪਾਉਂਦੇ ਆ, ਫਲਾਨੀ ਕਿਤਾਬ ਆ, ਸੀਕ੍ਰੇਟ ਆ, ਹਾਂਜੀ ਆ ਲੋਅ ਆਫ ਅਟਰੈਕਸ਼ਨ ਆ, ਐਂ ਕਰ ਲਓ ਜੀ ਜਿਹੜਾ ਕੁਛ ਸੋਚਦੇ ਹੋ ਉਹ ਹੋ ਜਾਂਦਾ ਗਾ, ਫਲਾਨਾ ਟਮਕਾਨਾ। ਆ ਤੁਹਾਨੂੰ ਮੈਂ ਦੱਸਦਾ ਸਾਇੰਸ ਦੇ ਮੁਤਾਬਕ ਕੀ ਕੋਈ ਲੋਅ ਆਫ ਅਟਰੈਕਸ਼ਨ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ ਗਾ, ਜੇ ਕਰ ਸਕਦਾ ਤਾਂ ਕਿਵੇਂ, ਤੁਸੀਂ ਉਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਦੇਖੋ ਬਹੁਤ ਸਿੰਪਲ ਗੱਲ ਆ, ਇਹ ਯੂਨੀਵਰਸ ਕੀ ਆ, ਮੈਟਰ ਆ, ਠੀਕ ਆ। ਮੈਂ ਕੀ ਹਾਂ, ਤੁਸੀਂ ਕੀ ਆ, ਮੈਟਰ ਆ। ਮੈਟਰ ਦੇ ਵਿੱਚ ਕੀ ਆ, ਐਨਰਜੀ ਆ। ਅਤੇ ਐਨਰਜੀ ਨੂੰ ਨਾ ਤਾਂ ਬਣਾਇਆ ਜਾ ਸਕਦਾ ਅਤੇ ਨਾ ਖਤਮ ਕੀਤਾ ਜਾ ਸਕਦਾ, ਇਹ ਲੋਅ ਆ, ਠੀਕ ਆ। ਐਨਰਜੀ ਦੇ ਵਿੱਚ ਕੀ ਆ, ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਉਹ ਕਿਵੇਂ ਕੰਮ ਕਰਦੇ ਆ, ਵਾਈਬ੍ਰੇਸ਼ਨ 'ਤੇ। ਵਾਈਬ੍ਰੇਸ਼ਨ ਕੀ ਆ, ਵਾਈਬ੍ਰੇਸ਼ਨ ਕੀ ਆ, ਇੱਕ ਇਨਫੋਰਮੇਸ਼ਨ ਆ, ਇੱਕ ਸਿਗਨਲ ਆ। ਇਹ ਸਾਰੇ ਨਿਯਮ ਜਿਹੜੇ ਫਿਜ਼ਿਕ ਦੇ, ਇਹਨਾਂ ਨੂੰ ਸਮਝਣ ਤੋਂ ਬਾਅਦ ਜਿਹੜੀਆਂ ਖੋਜਾਂ ਹੋਈਆਂ, ਪਹਿਲਾਂ ਰੇਡੀਓ ਹੋਇਆ। ਰੇਡੀਓ 'ਤੇ ਕੀ ਆ, ਆਪਾਂ ਕਹਿੰਦੇ ਹਾਂ ਵੀ ਇੰਨੀ ਫ੍ਰੀਕੁਐਂਸੀ 'ਤੇ ਫਲਾਨਾ ਚੈਨਲ ਚੱਲਦਾ, ਹਾਂਜੀ 100.1 'ਤੇ ਆਹ ਚੱਲਦਾ, ਹੈ 90.1 'ਤੇ ਆਹ ਚੱਲਦਾ ਗਾ, ਅਤੇ ਆਪਾਂ ਉਹ ਟਿਊਨਿੰਗ ਕਾਹਦੀ ਕਰ ਰਹੇ ਹੁੰਦੇ ਹਾਂ, ਫ੍ਰੀਕੁਐਂਸੀ ਦੀ। ਜਦੋਂ ਫ੍ਰੀਕੁਐਂਸੀ ਮੈਚ ਹੁੰਦੀ ਆ, ਹੁਣ ਸਨ ਦੇ ਵਿੱਚ ਕੁਛ ਹੈ ਤਾਂ ਨਹੀਂ ਗਾ, ਫ੍ਰੀਕੁਐਂਸੀ ਜਿਹੜੀ ਉਹ ਰਿਸੀਵ ਕਰ ਰਿਹਾ ਗਾ ਰੇਡੀਓ, ਉਹਦੇ ਬਾਰੇ ਹੀ ਕੀ ਆ ਰਿਹਾ ਗਾ, ਕੋਈ ਸੌਂਗ ਚੱਲ ਰਿਹਾ, ਕੋਈ ਨਿਊਜ਼ ਚੱਲ ਰਹੀ ਆ, ਹੈ ਕਿੱਡੀ ਵੱਡੀ ਗੱਲ ਆ। ਅਤੇ ਇਹ ਦੇਖੋ ਆਪਾਂ ਹੁਣ ਕੀ ਆ, ਆਪਾਂ ਵੀ ਐਨਰਜੀ ਹਾਂ, ਠੀਕ ਆ। ਤਾਂ ਆਪਣੇ ਵਿਚਾਰ ਕੀ ਆ, ਫ੍ਰੀਕੁਐਂਸੀ ਆ, ਇਨਫੋਰਮੇਸ਼ਨ ਆ। ਆਪਣੇ ਥੋਟ ਕੀ ਆ, ਇਹ ਵੀ ਫ੍ਰੀਕੁਐਂਸੀ ਆ। ਤਾਂ ਕਰਨਾ ਕੀ ਆ, ਤੁਹਾਨੂੰ ਚਾਹੀਦਾ ਕੀ ਆ, ਤੁਹਾਨੂੰ ਮਹਿੰਗੀ ਕਾਰ ਚਾਹੀਦੀ ਆ, ਹੈ ਤੁਹਾਨੂੰ ਕਰੋੜਾਂ ਰੁਪਈਆ ਚਾਹੀਦਾ, ਉਹ ਕੀ ਆ, ਮੈਟਰ ਆ। ਮੈਟਰ ਦੇ ਵਿੱਚ ਕੀ ਆ, ਐਨਰਜੀ ਆ। ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ, ਤੁਸੀਂ ਸੇਮ ਲੈਵਲ ਦੀ ਜਦੋਂ ਫ੍ਰੀਕੁਐਂਸੀ ਤੁਹਾਡੀ ਮੈਚ ਹੋਊਗੀ, ਤੁਸੀਂ ਫਿਰ ਚੀਜ਼ਾਂ ਨੂੰ ਅਟਰੈਕਟ ਕਰੋਗੇ ਨਾ। ਬ੍ਰਹਿਮੰਡ ਦੇ ਵਿੱਚ ਹੁਣ ਇਹ ਲੋਅ ਆ, ਜਦੋਂ ਕਿਸੇ ਚੀਜ਼ ਦੀ ਸੇਮ ਫ੍ਰੀਕੁਐਂਸੀ ਆ, ਉਹ ਇੱਕ ਦੂਜੇ ਨੂੰ ਅਟਰੈਕਟ ਕਰਦੀ ਆ। ਸਟਾਰ ਜਦੋਂ ਇੱਕ ਦੂਜੇ ਨਾਲ ਫਟ ਜਾਂਦੇ ਆ ਮਿਲ ਕੇ, ਉਹ ਕਿਹੜੇ ਸਟਾਰ ਫਟਦੇ ਆ, ਜਿਨ੍ਹਾਂ ਦੀ ਫ੍ਰੀਕੁਐਂਸੀ ਇੱਕ ਦੂਜੇ ਨਾਲ ਮੈਚ ਕਰਦੀ ਆ, ਜਿਨ੍ਹਾਂ ਦਾ ਮਾਸ ਉਹਨਾਂ ਦੇ ਬਰਾਬਰ ਦਾ ਇੱਕ ਦੂਜੇ ਦੇ। ਤਾਂ ਤੁਸੀਂ ਹੁਣ ਆਪ ਸੋਚੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ। ਜੇ ਤੁਹਾਡੀ ਥਿੰਕਿੰਗ, ਹੁਣ ਇਨਸਾਨ ਦੀ ਜਿਹੜੀ ਫ੍ਰੀਕੁਐਂਸੀ ਆ, ਜਿਵੇਂ ਬਿਜਲੀ ਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਹੁੰਦਾ ਹੈ ਨਾ ਫਲੋ, ਅਤੇ ਇਸੇ ਤਰ੍ਹਾਂ ਹੀ ਇਨਸਾਨ ਦੀ ਥਿੰਕਿੰਗ ਦੇ ਵਿੱਚ ਵੀ ਦੋ ਹੀ ਫਲੋ ਹੁੰਦੇ ਆ। ਤੁਸੀਂ ਪੋਜ਼ਿਟਿਵ ਥਿੰਕਿੰਗ ਕਰੋਗੇ, ਜਿਹੜੀਆਂ ਚੀਜ਼ਾਂ ਨੂੰ ਪਾਉਣਾ ਚਾਹੁੰਦੇ ਆ ਉਹਨੂੰ ਜੀਓਗੇ, ਉਹਨਾਂ ਨੂੰ ਮਹਿਸੂਸ ਕਰੋਗੇ, ਤਾਂ ਤੁਹਾਡੀ ਵਾਈਬ੍ਰੇਸ਼ਨ, ਇਹਨੇ ਨੂੰ ਬਾਹਲਾ ਸਮਾਂ ਨਹੀਂ ਲੱਗਦਾ ਗਾ, ਮੈਂ ਕਹਿੰਦਾ 24 ਘੰਟੇ ਵੀ ਇਨਫ ਆ। ਤੁਸੀਂ ਇੱਕ ਵਾਰੀ ਕਰਕੇ ਦੇਖੋ, ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਗਾ, ਠੀਕ ਆ, ਕੋਈ ਤੁਹਾਨੂੰ ਬਹੁਤ ਮਿਹਨਤ ਨਹੀਂ ਕਰਨੀ ਪੈ ਰਹੀ। ਜਦੋਂ ਤੁਸੀਂ ਗਲਤ ਸੋਚਣ ਲੱਗ ਗਏ, ਕਿਸੇ ਥਾਂ 'ਤੇ ਲੇਟ ਹੋ ਜਾਂਦੇ ਆ, ਤਾਂ ਕਿਸੇ ਦਿਨ ਸਾਰਾ ਦਿਨ ਬੁਰਾ ਹੀ ਹੁੰਦਾ ਨਾ, ਕਿ ਕਹਿੰਦੇ ਅੱਜ ਸਾਰਾ ਦਿਨ ਹੀ ਹੋਇਆ। ਤਾਂ ਵਾਈਬ੍ਰੇਸ਼ਨ ਜਦੋਂ ਨੈਗੇਟਿਵ ਹੋਈ ਤਾਂ ਨੈਗੇਟਿਵ ਚੀਜ਼ਾਂ ਹੋਣਗੀਆਂ, ਪੋਜ਼ਿਟਿਵ ਹੋਈ ਤਾਂ ਪੋਜ਼ਿਟਿਵ ਹੋਣਗੀਆਂ। ਇਸੇ ਨੂੰ ਲੋਅ ਆਫ ਅਟਰੈਕਸ਼ਨ ਕਹਿੰਦੇ ਆ। ਹੁਣ ਤੁਸੀਂ ਕਿਸੇ ਨੌਕਰੀ ਲੈਣੀ ਆ, ਠੀਕ ਆ, ਹੁਣ ਕੋਈ ਬਿਲਡਿੰਗ ਆ, ਮੰਨ ਲਓ ਬਿਲਡਿੰਗ ਦੇ ਵਿੱਚ ਉੱਥੇ ਉਹ ਦਫ਼ਤਰ ਆ ਜਿਹੜੀ ਕੰਪਨੀ ਤੁਸੀਂ ਨੌਕਰੀ ਲੈਣ ਜਾਣਾ ਗਾ,
ਜੇ ਤੁਹਾਡੇ ਮਨ ਦੇ ਵਿੱਚ ਇਹ ਡਾਊਟ ਆ, ਮੈਨੂੰ ਪਤਾ ਨਹੀਂ ਨੌਕਰੀ ਮਿਲੂਗੀ ਜਾਂ ਨਹੀਂ ਮਿਲੂਗੀ, ਤੁਹਾਨੂੰ ਪਤਾ ਵੀ ਹੈ ਨਹੀਂ ਵੀ ਉੱਥੇ ਕੀ ਕੰਮ ਕਰਦੇ ਆ, ਕੀ ਮੈਂ ਕੰਪਨੀ ਲਈ ਕਰ ਸਕਦਾ ਗਾ, ਜੇ ਤੁਹਾਨੂੰ ਏ ਟੂ ਜ਼ੈਡ ਜਾਣਕਾਰੀ ਆ, ਤੁਹਾਡੇ ਦਿਮਾਗ ਨੂੰ ਪੂਰਾ ਸ਼ੋਰ ਆ ਕਿ ਹਾਂ ਮੈਂ ਇਹ ਕੰਪਨੀ ਲਈ ਆਹ ਕੰਮ ਕਰ ਸਕਦਾ ਗਾ, ਤਾਂ ਤੁਹਾਡੀ ਫ੍ਰੀਕੁਐਂਸੀ ਉਹਦੇ ਨਾਲ ਮੈਚ ਹੋ ਜਾਣਾ, ਤੁਹਾਨੂੰ ਫਟਕ ਦੇ ਉਹਨਾਂ ਨੇ ਰੱਖ ਲੈਣਾ ਗਾ। ਜਵਾਬ ਦੇਤਾ ਤੁਸੀਂ ਕਹਿਣਾ ਮੇਰੀ ਕਿਸਮਤ ਮਾੜੀ ਆ, ਕਿਸਮਤ ਦਾ ਕੀ ਕਸੂਰ, ਤੁਸੀਂ ਉਹ ਚੀਜ਼ ਨੂੰ ਪਾਉਣਾ ਹੀ ਨਹੀਂ ਚਾਹੁੰਦੇ ਅੰਦਰੋਂ, ਇਹ ਚੀਜ਼ ਨੂੰ ਵੇਖਿਆ ਕਰੋ। ਬਹੁਤ ਸਾਰੀਆਂ ਉਦਾਹਰਨਾਂ, ਮੈਂ ਇਹ ਚੀਜ਼ 'ਤੇ ਮੈਂ ਬਹੁਤ ਡੀਪਲੀ ਗੱਲ ਵੀਡੀਓ ਬਣਾਊਂਗਾ ਪੂਰੀ ਚੰਗੀ ਤਰ੍ਹਾਂ, ਤਰ੍ਹਾਂ ਤਰ੍ਹਾਂ ਦੀਆਂ ਐਗਜ਼ਾਮਪਲਾਂ ਦੇ ਨਾਲ, ਟਾਈਮ ਥੋੜ੍ਹਾ ਹੁਣ, ਅਤੇ ਜਿਹਨੂੰ ਵੀ ਇਹ ਚੀਜ਼ ਦੀ ਲੋੜ ਹੋਈ ਉਹ ਕਰਕੇ ਦੇਖ ਲਵੇ। ਜੇ ਨਹੀਂ ਕੰਮ ਕੀਤਾ ਨਾ, ਡਾਂਗ ਫੜ ਲਓ ਅਤੇ ਮੇਰੇ ਆ ਕੇ ਢੂਹੇ 'ਚ ਭਰਾ ਦਿਓ ਵੀ ਹਾਂ ਯਾਰ ਮੇਰੇ ਲਈ ਤਾਂ ਚੀਜ਼ ਨੇ ਕੰਮ ਨਹੀਂ ਕੀਤਾ। ਠੀਕ ਆ ਜੀ, ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਦੇਖ ਰਹੇ ਹਾਂ ਪ੍ਰੋਜੈਕਟ ਵਿਜ਼ਡਮ।